ਪਿਓ ਸਾਡੇ ਨਾਲ ਡੋਲਣਾ ਜਦੋਂ ਦਾ ਕੁਸ ਪਿਓ ਸਾਡੇ ਨਾਲ ਡੋਲਣਾ ਜਦੋਂ ਦਾ ਕੁਸ ਬਹਾਦਰ ਸਾਹਿਬ ਸਿਮਰਿਆ ਕਾਰਨ ਉਹਨੇ ਦੇ ਆਵੇ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਜੀ ਸਹਾਇ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਵਿੱਤਰ ਦਰਸ਼ਨ ਦੀ ਦਾਰਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਜੀ ਹੇ ਨਿਮਾਣਿਓ ਕੇ ਮਾਨ ਸਤਿਗੁਰੂ ਜੀ ਨਿਤਾਣਿਓ ਕੇ ਤਾਰ ਨਿਵਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਚੰਨ ਕਾਉਣਾ ਚ ਅਰਦਾਸ ਬੇਨਤੀ ਜੋਤਰੀ ਬਿਨੇ ਪ੍ਰਾਰਥਨਾ ਸਤਿਗੁਰੂ ਜੀ ਓ ਆਪ ਜੀ ਦੇ ਸਰੂਪ ਸਤਿਗੁਰੂ ਜੀ ਦੋ ਤਿਆਰ ਕੀਤੇ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਚਾਲੇ ਕੌਣ ਲੱਗੇ ਹੋਏ ਸਤਿਗੁਰੂ ਜੀ ਆਪ ਜੀ ਨੂੰ ਕਮਰ ਕੱਸੇ ਲਾਏ ਗਏ ਸਿੰਘ ਹਾਜ਼ਰ ਹਨ ਸਤਿਗੁਰੂ ਜੀ ਓ ਰਾਹ ਪੈਂਡੇ ਸਹਾਇਤਾ ਕਰਨੀ ਸਤਿਗੁਰੂ ਜੀ ਜਿਸ ਜਿਸ ਭਾਵਨਾ ਸਹਿਤ ਗੁਰਮੁਖ ਪਰਿਵਾਰਾਂ ਵੱਲੋਂ ਸੇਵਾ ਕੀਤੀਆਂ ਜਾ ਰਹੀਆਂ ਸੋ ਸੋ ਭਾਵਨੀਆਂ ਸੰਪੂਰਨ ਕਰਨੀਆਂ ਗ੍ਰਹਿ ਨੂੰ ਭਾਗ ਲਾਉਣੇ ਮਾਲ ਮਨੁੱਖੀ ਜੀਆਂ ਸੁੱਖ ਸ਼ਾਂਤੀਆਂ ਵਰਤਾਉਣੀਆਂ ਸਤਿਗੁਰੂ ਜੀ ਗੁਰਮੁਖ ਪਰਿਵਾਰਾਂ ਦੇ ਰਹਿੰਦੇ ਕਾਰਜ ਸੰਪੂਰਨ ਕਰਨੇ ਕਰੋ ਕਿਰਪਾ ਸਤਿਗੁਰੂ ਜੀ ਹੋ ਆਪ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸੁੱਖ ਹੋਵੇ ਨਾਮ ਚਿੱਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਨਾਮ ਸਤਿਗੁਰੂ
Oh,
Thank you.
ਵੀਰ ਕਨਵੀਰ ਸਿੰਘ, ਇਹਨਾਂ ਦੀ ਧਰਮ ਸਪਤਨੀ ਬੀਬੀ ਮਨਦੀਪ ਕੌਰ, ਵੀਰ ਰਾਜਵਿੰਦਰ ਸਿੰਘ, ਇਹਨਾਂ ਦੀ ਧਰਮ ਸਪਤਨੀ ਬੀਬੀ ਜਸਵੰਤ ਕੌਰ ਸੋਹੀ, ਬਾਗ ਪਰਿਵਾਰ ਵੱਲੋਂ ਇਹਨਾਂ ਦੇ ਪ੍ਰਦੇਸ਼ ਜਾਣ ਵਾਸਤੇ ਪਰਿਵਾਰ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਸੀ। ਸੋ ਆਪ ਦੀ ਮਹਾਨ ਮਹਾਨ ਕਿਰਪਾ ਹੈ ਕਿ ਉਹਨਾਂ ਪਰਿਵਾਰ ਦੀ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਦਾ ਪ੍ਰਵਾਨ ਪੰਜਾਬ ਵੱਲੋਂ ਕੀਤੇ ਬਚਨਾਂ ਦੀ ਪਾਲਣਾ ਕਰਨ ਦੂਸਰਾ ਚੰਦ ਪਾਠ ਸਾਹਿਬ ਸਤਿਗੁਰੂ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵੇਲੇ ਸਤਿਗੁਰੂ ਜੀ ਆਪ ਦੇ ਬਖਸ਼ਿਸ਼ ਮਤ ਅਨੁਸਾਰ ਅੰਤਾਂ ਦੀ ਅਰਦਾਸ ਵਿੱਚ ਸਮੂਹ ਸਮੱਗਰੀ ਹਾਜ਼ਰ ਹੈ। ਪਾਠੀ ਸਿੰਘ ਹਾਜ਼ਰ ਨੇ, ਸੇਵਾਦਾਰ ਹਾਜ਼ਰ ਨੇ, ਦੋਨੋਂ ਪਰਿਵਾਰ ਹਾਜ਼ਰ ਨੇ। ਜੇਕਰ ਕੋਈ ਉਹ ਤਾਂ ਹੀ ਰਹਿ ਗਈ ਜੋ ਆਪ ਜੀ ਬਖਸ਼ ਲੈਣ, ਕਿਰਪਾ ਕਰਨਾ ਦਾਤਾ ਆਪਣੇ ਗੁਰਗ੍ਰੰਥ ਜੀ ਸੇਵਾ ਸ਼ੀਸ਼ ਦੀ ਮਿਹਰ ਕਰੇ ਹੱਥ ਰੱਖ ਕੇ ਸਭ ਦੇ ਸ਼ਬਦ ਗੁਰਬਾਣੀ ਦੇ ਜਾਪ ਕਰਵਾਉਣੇ, ਗੁਰੂ ਪਰਿਵਾਰ ਨੂੰ ਸੇਵਾ ਚਾਰਾਂ ਨੂੰ ਉਦੋਂ ਪ੍ਰੇਮ ਬਖਸ਼ਿਸ਼ ਕਰਨਾ ਮਹਾਰਾਜ ਕਿਰਪਾ ਕਰਨੇ ਰਹੇ ਹੋਏ ਕਰਦੇ ਵਿੱਚ ਆਪ ਜੀ ਪ੍ਰਸੰਨ ਸਹਾਈ ਦੇ ਸਿਰ ਤਾਈਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ। ਆਉਣ ਵਾਲੇ ਕਾਲ ਸੁਹਿਰੜੇ ਕਰਨੇ, ਗੁਰੂਆਂ ਪਰਿਵਾਰਾਂ ਦੀਆਂ ਸ਼ੁਭ ਮਨੋਭਾਵਨਾ ਪੂਰ ਕਰਨੀਆਂ, ਨਿਕੜ ਕੇ ਤੰਦਰੁਸਤੀ ਬਿਤਾਉਣੀ, ਦੇਸਾਂ ਪ੍ਰਦੇਸ਼ਾਂ ਦੀ ਸਹਾਇਤਾ ਕਰਨੀ, ਬੱਚਿਆਂ ਦੇ ਮੇਰੇ ਭਰੇ ਹੱਥ ਰੱਖਣੇ, ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦੀ ਪਿਆਰ ਬਖਸ਼ਿਸ਼ ਕਰਨੇ, ਸਭ ਤੋਂ ਸੱਚੇ ਪਾਤਸ਼ਾਹ ਜੀ ਇਲਾਜ ਖੁਸ਼ੀਆਂ ਨੂੰ ਮੁੱਖ ਰੱਖ ਲਵਾਂ, ਉਪਕਾਰ ਭੋਜਨ ਰੋਕੀਏ, ਬਹੁਤ ਮੰਦਿਰ ਨਿਸ਼ਟਾਏ ਕਰੇ ਪਾਤਸ਼ਾਹ, ਸੋਚ ਪਵਿੱਤਰਾ ਮੁੜਾਵੋ, ਭੋਗ ਹਾਰਿਆ ਗੁਰੂ ਪਰਿਵਾਰ ਨੂੰ ਸੱਚੇ ਪਾਸੋਂ ਸੁਰਖ ਕਰੋ, ਸੱਚੇ ਪਾਤਸ਼ਾਹ ਜਿਹੜਾ ਪ੍ਰਸ਼ਾਦ ਜੀ ਦੇ ਹਾਜ਼ਰ ਤਾਂ ਕੁਰਬਾਨ ਹੋਏ ਪਰਿਵਾਰ ਨੂੰ ਅਸੀਂ ਪ੍ਰਸ਼ਾਦ ਤੇਰੇ ਸਾਹਸ ਵਿੱਚ ਲੋਕਾਂ ਦੀ ਆਗਿਆ ਹੋਵੇ, ਜੋ ਵੀ ਸਕੇ ਸਵਾਸ ਸਵਾਸ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਆਪ ਜੀ ਦਾ ਕਾਲ ਪੁੱਤਰ ਨਾਮ ਕਰਦੇ। ਇਸ ਵੇਲੇ ਅਸੀਂ ਕਿਰਪਾ ਸ਼ਰਨ ਕਰਦੇ ਅਰਦਾਸ ਵਿੱਚ, ਸਤਿਗੁਰੂ ਜੀ ਆਪ ਦੇ ਹਜ਼ੂਰ ਆਪ ਦੀ ਸੰਗਤਾਂ ਨੇ ਦੋਵੇਂ ਮੇਵਾ ਕਹਾਵੇ ਭਗੇ ਨੇ ਸਭ ਸੰਗਤਾਂ ਦੇ ਹਾਲ ਅੰਦਰ ਪ੍ਰਵਾਨ ਕਰਨੀ, ਕਦਮ ਕਦਮ ਚੱਲਾ ਲਿਖੇ ਵਿੱਚ ਲਾਉਣਾ, ਜੋ ਵੀ ਤਿਆਰ ਫਲ ਰਹਿ ਕੇ ਬਿਠਾਉਣਾ, ਤੇ ਸੰਗਤਾਂ ਦੇ ਅੰਦਰ ਪ੍ਰਵਾਨ ਕਰਨੀ, ਆਪਣੇ ਦਰੋਂ ਕਰਵਾਉਣ ਦੀ ਦਾ ਦਰ ਸਿੱਖੀ ਜੀ ਵੀ ਬਖਸ਼ ਕਰੇ, ਸੰਗਤਾਂ ਦੀ ਸ਼ੁਭ ਮਨੋਭਾਵਨਾ ਪੂਰ ਕਰਨੀਆਂ, ਆਉਣ ਵਾਲੇ ਸਮੇਂ ਵਿੱਚ ਆਪਣੀਆਂ ਸੰਗਤਾਂ ਨੂੰ ਜਿੱਦਾਂ ਪਿਤਾਉਣੀਆਂ ਦਾਤਾਂ ਨਾਲ ਨਿਵਾਜਣਾ, ਇਸ ਵੇਲੇ ਗੁਰੂ ਕਿਰਪਾ ਹਾਜ਼ਰੀਆਂ ਕਰੋ ਪ੍ਰਵਾਨ, ਸਤਿਗੁਰੂ ਜੀ ਆਪ ਦੇ ਅੰਦਰ ਬੁਖਾਰ ਮੰਦ ਵਿੱਚ ਦੁਰਗਾਹੀ ਪੁਨਰ ਬਖਸ਼ਿਸ਼ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰ ਵਾਲੀ ਯੋਜਨਾ ਕਰਕੇ ਆਪ ਜੀ ਦਾ ਪਾਵਨ ਪੁੱਤਰ ਨਾਮ ਕੀਤਾ ਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਸੁਰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ ਸਾਧੂ ਸਿਆਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Yeah.